ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਾਡੇ YouTube ਚੈਨਲ ਰਾਜਵਿੰਦਰ ਅਪਡੇਟ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਨਿਊ ਵੀਡੀਓ। ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਆਪਾਂ ਚੱਲਦੇ ਹਾਂ ਸਿੱਧਾ ਵੀਡੀਓ। ਹਾਂਜੀ ਦੋਸਤੋ, ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਿਊ ਟਿਕਟੋਕ ਐਪ, ਜੋ ਕਿ ਯੂਟਿਊਬ ਨੇ ਇੱਕ ਨਵੀਂ ਐਪ ਤਿਆਰ ਕੀਤੀ ਜੋ ਕਿ ਬਿਲਕੁਲ ਟਿਕਟੋਕ ਵਾਂਗੂ ਚੱਲਦੀ ਹੈ ਅਤੇ ਬਹੁਤ ਹੀ ਮਜ਼ੇਦਾਰ ਅਤੇ ਇੰਟਰਸਟਿੰਗ ਐਪ ਹੈ ਜੀ। ਇਹਨੂੰ ਆਪਾਂ ਆਪਣੇ ਫੋਨ ਦੇ ਵਿੱਚ ਇੰਸਟਾਲ ਕਰਕੇ ਟਿਕਟੋਕ ਦਾ ਆਨੰਦ ਲੈ ਸਕਦੇ ਜੀ। ਬਹੁਤ ਹੀ ਵਧੀਆ ਐਪ। ਫਿਰ ਕਰਦੇ ਹਾਂ ਵੀਡੀਓ ਸਟਾਰਟ ਅਤੇ ਆਪਾਂ ਚੱਲਦੇ ਹਾਂ ਆਪਣੇ ਪਲੇ ਸਟੋਰ ਦੀ ਐਪਲੀਕੇਸ਼ਨ ਵਿੱਚ। ਤੋਂ ਪਹਿਲਾਂ ਆਪਾਂ ਆਪਣੇ ਪਲੇ ਸਟੋਰ ਦੀ ਐਪ ਨੂੰ ਓਪਨ ਕਰਾਂਗੇ। ਉੱਥੇ ਕਰਦੇ ਹਾਂ ਕਲਿੱਕ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਖੁੱਲ ਜੂਗਾ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਤੇ ਉੱਪਰ ਆਪਾਂ ਸਰਚ ਕਰਨਾ ਸ਼ਾਰਟ ਯੂਟਿਊਬ। ਇਹਦੇ ਵਿੱਚ ਆਪਾਂ ਭਰ ਲੈਂਦੇ ਹਾਂ ਜਿਵੇਂ ਆਪਾਂ ਭਰ ਰਹੇ ਹੋਵੇ, ਤੁਸੀਂ ਵੀ ਇਹਦੇ ਵਿੱਚ ਐਂਟਰ ਕਰਨਾ ਸ਼ਾਰਟ ਯੂਟਿਊਬ। ਅਤੇ ਆਪਾਂ ਸ਼ਾਰਟ ਯੂਟਿਊਬ ਭਰ ਕੇ ਇਹਨੂੰ ਕਰਾਂਗੇ ਸਰਚ। ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜੂਗਾ ਅਤੇ ਆਪਾਂ ਇਹਦੇ ਥੱਲੇ ਚਲੇ ਜਾਣਾ ਜਿੱਥੇ ਲਿਖਿਆ ਯੂ ਟਾਈਮ ਸ਼ਾਰਟਸ ਵੀਡੀਓ ਐਪ, ਇਹਦੇ ਆਪਾਂ ਕਰਾਂਗੇ ਕਲਿੱਕ। ਆ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜੂਗਾ ਅਤੇ ਇਹਨੂੰ ਆਪਾਂ ਕਰਾਂਗੇ ਇੰਸਟਾਲ। ਇੰਸਟਾਲ 'ਤੇ ਕਰਾਂਗੇ ਕਲਿੱਕ। ਤੁਸੀਂ ਦੇਖ ਰਹੇ ਹੋ ਆਪਣੀ ਐਪ ਡਾਊਨਲੋਡਿੰਗ ਹੋ ਰਹੀ ਹੈ ਅਤੇ ਆਪਣੀ ਐਪ ਡਾਊਨਲੋਡ ਹੋਣ ਤੋਂ ਬਾਅਦ ਅਤੇ ਆਪਾਂ ਇਹਨੂੰ ਕਰਾਂਗੇ ਓਪਨ। ਓਪਨ ਦੇ ਉੱਤੇ ਕਰਾਂਗੇ ਕਲਿੱਕ। ਤੋਂ ਬਾਅਦ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂ, ਆਪਾਂ ਇਹਨੂੰ ਕਰਾਂਗੇ ਅਲਾਓ। ਅਲਾਓ 'ਤੇ ਕਰਾਂਗੇ ਕਲਿੱਕ। ਤੁਸੀਂ ਦੇਖ ਸਕਦੇ ਹੋ ਬਿਲਕੁਲ ਟਿਕਟੋਕ ਵਾਂਗੂ ਚੱਲ ਰਹੀ ਹੈ ਯੂਟਿਊਬ ਦੀ ਨਵੀਂ ਟਿਕਟੋਕ ਐਪ, ਅਤੇ ਆਪਾਂ ਬਿਲਕੁਲ ਟਿਕਟੋਕ ਦਾ ਆਨੰਦ ਲੈ ਸਕਦੇ ਇਹਦੇ ਉੱਤੇ। ਬਿਲਕੁਲ ਟਿਕਟੋਕ ਵਾਂਗੂ ਇਹਦੇ ਉੱਤੇ ਵੀਡੀਓ ਚੱਲ ਰਹੀਆਂ ਨੇ। ਇਸ ਤਰ੍ਹਾਂ ਤੁਸੀਂ ਟਿਕਟੋਕ ਦਾ ਆਨੰਦ ਲੈ ਸਕਦੇ ਹੋ ਇਸ ਐਪ ਦੇ ਉੱਤੇ। ਬਹੁਤ ਹੀ ਘੈਂਟ ਐਪ ਅਤੇ ਬਹੁਤ ਹੀ ਵਧੀਆ ਐਪ, ਅਤੇ ਇਹਨੂੰ ਆਪਣੇ ਫੋਨ ਦੇ ਉੱਤੇ ਇੰਸਟਾਲ ਕਰੋ ਅਤੇ ਟਿਕਟੋਕ ਦਾ ਆਨੰਦ ਲਵੋ। ਚਲੋ ਜੀ, ਫਿਰ ਆਪਾਂ ਨਿਊ ਟਿਕਟੋਕ ਵੀ ਬਣਾਉਂਦੇ ਹਾਂ। ਆਈ ਡੀ 'ਤੇ ਚੱਲਦੇ ਆਪਾਂ ਥੱਲੇ ਥੱਲੇ ਜਾ ਕੇ ਕਰਦੇ ਕਲਿੱਕ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂਗਾ। ਇਹਨੂੰ ਆਪਣੀ ਫੇਸਬੁੱਕ ਅਕਾਊਂਟ ਨਾਲ ਵੀ ਆਪਾਂ ਜੁਆਇੰਟ ਕਰ ਸਕਦੇ ਹਾਂ, ਜਾਂ ਆਪਾਂ ਫਿਰ ਆਪਣੀ ਜੀਮੇਲ ਆਈ ਡੀ ਨਾਲ ਵੀ ਜੁਆਇੰਟ ਕਰ ਸਕਦੇ ਹਾਂ। ਆਪਾਂ ਕਰਾਂਗੇ ਆਪਣੀ ਜੀਮੇਲ ਆਈ ਡੀ ਨਾਲ ਇਹਨੂੰ ਜੁਆਇੰਟ, ਅਤੇ ਆਪਾਂ ਕਰਾਂਗੇ ਜੀਮੇਲ ਆਈ ਡੀ 'ਤੇ ਕਲਿੱਕ। ਤੁਸੀਂ ਦੇਖ ਸਕਦੇ ਹੋ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਆਪਣੀ ਜੀਮੇਲ ਆਈ ਡੀ ਆ ਚੁੱਕੀ ਹੈ ਅਤੇ ਆਪਾਂ ਇਹਦੇ ਵਿੱਚ ਨਾ ਕਰਾਂਗੇ ਜੁਆਇੰਟ। ਬਾਅਦ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂਗਾ ਜੀ। ਇੱਥੇ ਆਪਾਂ ਭਰਨਾ ਆਪਣਾ ਫੋਨ ਨੰਬਰ, ਜਿਵੇਂ ਕਿ ਮੈਂ ਆਪਣਾ ਫੋਨ ਨੰਬਰ ਭਰ ਰਿਹਾ, ਇਸ ਤਰ੍ਹਾਂ ਤੁਸੀਂ ਵੀ ਆਪਣਾ ਇੱਥੇ ਫੋਨ ਨੰਬਰ ਐਂਟਰ ਕਰਨਾ ਗਾ। ਫਿਰ ਤੁਸੀਂ ਉੱਤੇ ਕਰਨਾ ਕਲਿੱਕ, ਅਤੇ ਤੁਸੀਂ ਕਰਨੀ ਹੈ ਆਪਣੀ ਕੰਟਰੀ ਐਡ। ਇੱਥੋਂ ਜਿਸ ਵੀ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਹ ਆਪਾਂ ਇੱਥੋਂ ਕੰਟਰੀ ਐਂਟਰ ਕਰ ਲੈਣੀ ਹੈ। ਇਹਦੇ ਵਿੱਚ ਕੰਟਰੀ ਕਰ ਲਈ ਹੈ ਸਿਲੈਕਟ, ਅਤੇ ਆਪਾਂ ਇਹਦੇ ਵਿੱਚ ਕਰਦੇ ਹਾਂ ਫਿਰ ਥੱਲੇ ਕਲਿੱਕ। ਤੋਂ ਬਾਅਦ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂਗਾ, ਅਤੇ ਇਹਨੂੰ ਆਪਾਂ ਕਰਾਂਗੇ ਕੱਟ। ਕਰਾਂਗੇ ਕਲਿੱਕ, ਅਤੇ ਆਪਾਂ ਕਰਦੇ ਜੀ ਆਪਣੀ ਵੀਡੀਓ ਅਪਲੋਡ ਇੱਥੋਂ ਕੋਈ। ਇਸ ਤੋਂ ਬਾਅਦ ਤੁਸੀਂ ਇੱਥੋਂ ਕੋਈ ਵੀ ਆਪਣੀ ਵੀਡੀਓ ਅਪਲੋਡ ਕਰਨੀ ਹੈ ਜਿਸ ਤਰ੍ਹਾਂ ਮੈਂ ਕਰ ਰਿਹਾ। ਤੁਸੀਂ ਆਪਣੀ ਆਈ ਡੀ ਦੇ ਉੱਤੇ ਇਸ ਤਰ੍ਹਾਂ ਹੀ ਆਪਣੀ ਵੀਡੀਓ ਅਪਲੋਡ ਕਰਨੀ ਹੈਗੀ, ਅਤੇ ਆਪਾਂ ਇੱਥੋਂ ਵੀਡੀਓ ਕਰਾਂਗੇ ਸਿਲੈਕਟ। ਇਸ ਤੋਂ ਬਾਅਦ ਫਿਰ ਆਪਾਂ ਸਿਲੈਕਟ ਦੇ ਉੱਤੇ ਕਲਿੱਕ ਕਰਨਾ। ਸਿਲੈਕਟ 'ਤੇ ਕਰਾਂ ਕਲਿੱਕ। ਤੋਂ ਬਾਅਦ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂਗਾ, ਆਪਾਂ ਇਹਨੂੰ ਕਰਨਾ ਨੈਕਸਟ। ਨੈਕਸਟ 'ਤੇ ਕਰਾਂਗੇ ਕਲਿੱਕ। ਬਾਅਦ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂਗਾ, ਅਤੇ ਇੱਥੇ ਆਪਾਂ ਵੀਡੀਓ ਦਾ ਨਾਮ ਦੇਣਾ ਜੀ। ਇਹ ਵੀਡੀਓ ਆਪਣੀ ਕਿਵੇਂ ਫਨੀ ਵੀਡੀਓ ਆ, ਮਿਊਜ਼ਿਕ ਵੀਡੀਓ ਜਾਂ ਕਿਸ ਤਰ੍ਹਾਂ ਦੀ ਵੀਡੀਓ, ਅਤੇ ਇੱਥੇ ਆਪਾਂ ਕੋਈ ਵੀ ਨਾਮ ਦੇ ਦਾਂਗੇ ਜਿਸ ਤਰ੍ਹਾਂ ਮੈਂ ਦੇ ਰਿਹਾ। ਇੱਥੇ ਮੈਂ ਲਿਖ ਰਿਹਾ ਪੰਜਾਬੀ, ਅਤੇ ਤੁਸੀਂ ਵੀ ਜੋ ਵੀ ਤੁਹਾਡੀ ਵੀਡੀਓ ਇੱਥੇ ਕੁਛ ਵੀ ਟਾਈਟਲ ਲਿਖ ਸਕਦੇ ਹੋ ਵੀਡੀਓ ਦਾ। ਬਾਅਦ ਆਪਾਂ ਇਹ ਥੱਲੇ ਚਲੇ ਜਾਣਾ, ਥੱਲੇ ਜਾ ਕੇ ਕਰਨਾ ਆਪਾਂ ਇਸਨੂੰ ਪੋਸਟ। ਪੋਸਟ 'ਤੇ ਕਰਾਂਗੇ ਕਲਿੱਕ। ਲਿਖ ਸਕਦੇ ਹੋ ਆਪਣੀ ਵੀਡੀਓ ਇਸ ਐਪ ਦੇ ਉੱਤੇ ਅਪਲੋਡ ਹੋ ਚੁੱਕੀ ਹੈ। ਇਸ ਤਰ੍ਹਾਂ ਤੁਸੀਂ ਆਪਣੀ ਵੀਡੀਓ ਅਪਲੋਡ ਕਰ ਸਕਦੇ ਹੋ ਇਸ ਐਪ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਇਹ ਆਪਣੀ ਵੀਡੀਓ ਜਿਹੜੀ ਆਪਾਂ ਅਪਲੋਡ ਕੀਤੀ ਇਹਦੇ ਉੱਤੇ। ਬਾਅਦ ਜੀ ਆਪਾਂ ਚੱਲਦੇ ਹਾਂ ਬੈਕ 'ਤੇ, ਚੱਲਦੇ ਹਾਂ ਆਪਾਂ ਆਪਣੀ ਪ੍ਰੋਫਾਈਲ ਦੇ ਉੱਤੇ। ਪ੍ਰੋਫਾਈਲ 'ਤੇ ਕਰਾਂਗੇ ਕਲਿੱਕ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂਗਾ। ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹ ਜੂਗਾ, ਅਤੇ ਸਾਰੇ ਤੁਹਾਡੇ ਆਪਾਂ ਕਰਾਂਗੇ ਆਪਣੀ ਪ੍ਰੋਫਾਈਲ ਦੀ ਪਿੱਕ ਸਿਲੈਕਟ। ਅਤੇ ਇਸ ਤੋਂ ਤੁਸੀਂ ਕੋਈ ਵੀ ਪਿੱਕ ਸਿਲੈਕਟ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਵਾਸਤੇ। ਆਪਾਂ ਥੱਲੇ ਲਿਖਣਾ ਆਪਣਾ ਫਸਟ ਨੇਮ, ਜੋ ਵੀ ਆਪਣਾ ਨਾਮ ਆ ਉਹ ਇੱਥੇ ਆਪਾਂ ਐਂਟਰ ਕਰ ਦੇਣਾ। ਐਂਟਰ ਕਰਕੇ ਆਪਣਾ ਡੇਟ ਆਫ ਬਰਥ ਲਿਖ ਦੇਣਾ। ਡੇਟ ਆਫ ਬਰਥ ਲਿਖ ਕੇ ਅਤੇ ਚਲੇ ਜਾਣਾ ਮੇਲ ਫੀਮੇਲ ਕੋਈ ਵੀ ਆਪਾਂ ਜੋ ਵੀ ਆਪਾਂ ਹਾਂ ਉਹ ਆਪਾਂ ਮੇਲ ਜਾਂ ਫੀਮੇਲ 'ਤੇ ਕਲਿੱਕ ਕਰਕੇ ਆਪਾਂ ਇਹ ਤੋਂ ਸਿਲੈਕਟ ਕਰ ਸਕਦੇ ਹਾਂ। ਉਦੋਂ ਬਾਅਦ ਆਪਾਂ ਕਰਾਂਗੇ ਕਲਿੱਕ। ਦੇਖ ਸਕਦੇ ਹੋ ਆਪਣੀ ਨਿਊ ਯੂਟਿਊਬ ਐਪ ਟਿਕਟੋਕ ਦੀ ਆਈ ਡੀ ਤਿਆਰ ਹੋ ਚੁੱਕੀ ਹੈ। ਇਸ ਤਰ੍ਹਾਂ ਤੁਸੀਂ ਆਪਣੀ ਇਹਦੇ ਉੱਤੇ ਆਈ ਡੀ ਬਣਾ ਸਕਦੇ ਹੋ ਜਿਸ ਤਰ੍ਹਾਂ ਮੈਂ ਬਣਾਈ ਆ। ਅਤੇ ਇਹ ਬਹੁਤ ਹੀ ਵਧੀਆ ਐਪ, ਅਤੇ ਆਪਾਂ ਇਸ ਤਰ੍ਹਾਂ ਇਸ ਐਪ ਦਾ ਆਨੰਦ ਲੈ ਸਕਦੇ। ਤੁਸੀਂ ਦੇਖ ਸਕਦੇ ਹੋ ਬਿਲਕੁਲ ਟਿਕਟੋਕ ਵਾਂਗੂ ਚੱਲ ਰਹੀ ਹੈ ਇਹ ਐਪ, ਅਤੇ ਇਸ ਤਰ੍ਹਾਂ ਆਪਾਂ ਇਸ ਐਪ ਦਾ ਆਨੰਦ ਲੈ ਸਕਦੇ ਆਪਣੇ ਫੋਨ ਦੇ ਉੱਤੇ। ਧੰਨਵਾਦ।